ਰੋਪੜ ਦੀ 7 ਸਾਲ ਦੀ ਬੱਚੀ ਨੇ ਮਾਉਂਟ ਐਵਰੈਸਟ ਦੇ ਬੇਸ ਕੈਂਪ ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਸਾਨਵੀ ਨੇ ਔਖੇ ਤੋਂ ਔਖੇ ਰਸਤਿਆਂ 'ਚੋਂ ਲੰਘਦੇ ਹੋਏ ਆਕਸੀਜਨ ਦੀ ਕਮੀ ਅਤੇ ਠੰਡੀਆਂ ਅਤੇ ਤੇਜ਼ ਹਵਾਵਾਂ ਨਾਲ ਜੂਝਦੇ ਹੋਏ ਇਸ ਟਰੈਕ ਨੂੰ ਪਾਰ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਾਨਵੀ ਸੂਦ ਨੇ 9 ਦਿਨਾਂ ਵਿੱਚ ਲਗਭਗ 65 ਕਿਲੋਮੀਟਰ ਦੀ ਦੂਰੀ ਤੇ 5364 ਮੀਟਰ ਦੀ ਉਚਾਈ ਤੇ ਪਹੁੰਚ ਕੇ ਜਿੱਥੇ ਛੋਟੀ ਉਮਰ ਵਿੱਚ ਹੀ ਭਾਰਤ, ਪੰਜਾਬ ਅਤੇ ਰੋਪੜ ਦਾ ਨਾਮ ਰੋਸ਼ਨ ਕੀਤਾ ਹੈ, ਉੱਥੇ ਆਪਣੇ ਮਾਤਾ ਪਿਤਾ ਦੀਪ ਸੂਦ ਦਾ ਵੀ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਉਸਦੇ ਪਿਤਾ ਨੇ ਕੀ ਕਿਹਾ ਅਤੇ ਇਸ ਕਠਿਨਾਈ ਭਰੇ ਰਸਤਿਆਂ 'ਤੇ ਕਿਸ ਤਰ੍ਹਾਂ ਪਹੁੰਚੀ ਸਾਨਵੀ ਸੂਦ, ਤੁਸੀਂ ਖੁਦ ਵੇਖੋ। ਰੋਪੜ ਤੋਂ ਵਿਸ਼ੇਸ਼ ਰਿਪੋਰਟ, ਗੁਰਪ੍ਰੀਤ ਸਿੰਘ ਸੰਧੂ। ਸਤਿ ਸ਼੍ਰੀ ਅਕਾਲ, ਨਮਸਕਾਰ। ਮੇਰਾ ਨਾਮ ਦੀਪਕ ਸੂਦ ਹੈ, ਮੇਰੀ ਬੇਟੀ ਸਾਨਵੀ ਸੂਦ। ਸਾਨਵੀ ਸੂਦ ਇੱਕ 7 ਸਾਲ 10 ਮਹੀਨੇ ਦੀ ਲੜਕੀ ਹੈ ਐਂਡ ਆਈ ਐਮ ਸੋ ਪ੍ਰਾਊਡ ਦੈਟ ਸ਼ੀ ਇਜ਼ ਮਾਈ ਡੋਟਰ। ਇਸ ਵਕਤ ਉਹ ਨੇਪਾਲ ਦੇ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਦੇ ਟਰੈਕ ਵਾਸਤੇ ਆਈ ਹੋਈ ਹੈ। ਇਹ ਟਰੈਕ ਇਟਸ ਅ ਵੈਰੀ ਟਿਪੀਕਲ ਐਂਡ ਡਿਫੀਕਲਟ ਟਰੈਕ। 60 ਤੋਂ 70 ਕਿਲੋਮੀਟਰ ਦਾ ਟਰੈਕ ਹੈ ਇੱਕ ਸਾਈਡ ਦਾ, ਅਗਰ ਅਪ ਡਾਊਨ ਕਰੂੰਗੇ ਤਾਂ 130 ਕਿਲੋਮੀਟਰ ਦਾ ਟਰੈਕ ਹੈ। ਹੋਰ ਸਾਡੇ ਨਾਲ ਹੋਰ ਵੀ 9-10 ਜਣੇ ਆਏ ਹੋਏ ਆ ਇੰਡੀਆ ਵਿੱਚੋਂ ਐਂਡ ਸ਼ੀ ਇਜ਼ ਦਾ ਯੰਗਸਟ ਵਨ। ਇਫ ਸ਼ੀ ਸਬਮਿਟਸ ਸਕਸੈਸਫੁਲੀ ਦੈਨ ਸ਼ੀ ਇਜ਼ ਦਾ ਯੰਗਸਟ ਗਰਲ ਫਰੋਮ ਇੰਟਾਇਰ ਇੰਡੀਆ ਐਂਡ ਇਟ ਇਜ਼ ਅ ਪ੍ਰਾਊਡ ਮੂਮੈਂਟ ਫੋਰ ਮੀ, ਫੋਰ ਇੰਟਾਇਰ ਇੰਡੀਆ। ਸੋ ਕਾਇੰਡਲੀ ਉਹਨੂੰ ਆਪਣੀ ਬਲੈਸਿੰਗਸ ਅਤੇ ਵਿਸ਼ਿਜ਼ ਦਿਓ ਤਾਂ ਕਿ ਉਹ ਆਪਣੇ ਮਿਸ਼ਨ ਨੂੰ ਕੰਪਲੀਟ ਕਰ ਸਕੇ। ਥੈਂਕ ਯੂ ਸੋ ਮਚ।